ਆ ਹੈ ਵੋਲਟੇਜ ਗ੍ਰੀਨ ਜਲੇਬੀ ਮੋੜ ਇੱਥੋਂ ਖਾਲੀ ਅਸੀਂ ਰੇਤਾ ਭਰਨਾ ਹੈ ਮਤਲਬ ਬਹੁਤ ਮੋੜ ਹੈ ਅਤੇ ਨੰਬਰ ਹੈ ਅੱਗੇ ਅੱਗੇ ਜੇ ਸੀ ਬੀ ਹੈ ਜੇ ਸੀ ਬੀ ਚੱਲੀ ਜਾਂਦੀ ਅੱਗੇ ਅੱਗੇ ਜੇ ਸੀ ਬੀ ਦਾ ਲੋਡ ਕੀਤਾ
ਇਹ ਜਲੇਬੀ ਮੋੜ ਹੈਗੇ ਇਹਦੇ ਵਿੱਚ ਘੱਟੋ ਘੱਟ ਵੀ 15 ਮੋੜ ਹੋਣੇ ਹੈ ਜੀ ਡੰਪਰ ਹੈ ਡੰਪਰਾਂ ਥੋੜ੍ਹੀ ਜਿਹੀ ਔਖੀ ਹੁੰਦੀ ਹੈ ਬਾਕੀ ਗੱਡੀ ਤਾਂ ਕੋਈ ਛੋਟੀ ਗੱਡੀਆਂ ਤਾਂ ਕੋਈ ਦਿੱਕਤ ਨਹੀਂ ਹੁੰਦੀ ਸਿਰਫ ਡੰਪਰ ਨੂੰ ਵੀ ਇੰਨੀ ਔਖੀ ਹੈ ਨਹੀਂ ਗੀ ਪਰ ਇੱਕ ਤਾਂ ਮੋੜ ਹੈ ਬਸ ਉਹ ਤਾਂ ਕਹਿੰਦੇ ਬੈਕ ਕਰਨੀ ਪੈਂਦੀ ਹੈ ਪਹਿਲੀ ਵਾਰ ਲੈ ਕੇ ਚੱਲਾਂਗਾ ਉਹ ਦੂਸਰਾ ਮੁੰਡਾ ਯਾਰ ਸਲਾਹ ਨਵਾਂ ਹੈਗਾ ਜਦੋਂ ਡਰਦਾ ਜਲੇਬੀ ਮੋੜ
ਰੋਡ ਸੀਗਾ ਉਹ ਥੋੜ੍ਹਾ ਥੋੜ੍ਹਾ ਸੰਘਣਾ ਸੀਗਾ, ਗੱਡੀ ਰਿਵਰਸ ਲਿੱਤੀ ਉੱਥੇ, ਐਨ ਬਾਈ ਸਿਰੇ ਤੇ ਲਿਜਾ ਕੇ ਗੱਡੀ ਵਾਪਸ ਲੈਣੀ ਪੈਂਦੀ ਹੈ। ਆਹ ਇੱਦਾਂ ਦੇ ਮੋੜ ਹੈ ਤਾਂ ਕੋਈ ਦਿੱਕਤ ਨਹੀਂ ਹੈ ਨਾ। ਕੋਈ ਵਡਿਆਈ ਨਹੀਂ ਹੈ ਵੀ ਕਈ ਡਰਾਈਵਰ ਹੁੰਦੇ ਆ ਕਹਿੰਦੇ ਆ ਵੀ ਮੈਂ ਇੱਕ ਵਾਰ ਚਲਾ ਜੂੰਗਾ ਜੀ, ਦੋ ਵਾਰ ਚਲਾ ਜੂੰਗਾ। ਭਾਈ ਕਮਾਣ ਆਏ ਹੋਏ ਆ, ਰਿਸਕ ਆਪਦੀ ਜਗ੍ਹਾ, ਠੀਕ ਹੈ। ਜਿੱਥੇ ਤੁਹਾਨੂੰ ਲੱਗਦਾ ਵੀ ਨਹੀਂ ਗੱਡੀ ਘੁੰਮਣੀ ਆਪਣੀ, ਗੱਡੀ ਦੇ ਟਾਇਰ ਵੀ ਸੇਫ ਰੱਖਣੇ ਹੈ, ਹੈ ਨਾ, ਗੱਡੀ ਵੀ ਸੇਫ ਰੱਖਣੀ ਹੈ। ਥੱਲੇ ਸੜਕ ਹੈ, ਉਹ ਮੇਨ ਸੜਕ ਆ ਗਈ, ਸੜਕ ਥੋੜ੍ਹੀ ਦੂਰੀ ਹੈ। ਉਹੀ ਚਿੱਕ ਸੀਗਾ ਜਿਹੜਾ ਮੈਂ ਗੱਡੀ ਰਿਵਰਸ ਕੀਤੀ ਨਾ ਜਿੱਥੇ, ਬਸ ਉਹੀ ਚਿੱਕ ਇੱਕ ਸੀਗਾ, ਉੱਥੇ ਗੱਡੀ ਮਤਲਬ ਇੱਕ ਵਾਰ ਸ਼ੁਰੂ ਹੋ ਗਿਆ। ਦੂਸਰੇ ਜਿੱਕ ਤੋਂ ਮੈਂ ਕਟਾਈ ਥੋੜ੍ਹੀ ਜਿਹੀ ਘੱਟ ਦਿੱਤੀ ਤਾਂ ਮੈਨੂੰ ਰਿਵਰਸ ਕਰਨਾ ਪੈ ਗਿਆ। ਬਾਕੀ ਬਾਈ ਇੱਥੇ ਲੇਹ ਲਦਾਖ ਦੀ ਪਹਾੜੀਆਂ ਇਹ ਤਾਂ ਹਜੇ ਤਾਂ ਠੀਕ ਹੈ ਬਾਈ, ਜਦੋਂ ਬਰਫ਼ ਪੈਂਦੀ ਹੈ ਨਾ ਇੱਥੇ ਉਸ ਟਾਈਮ ਬਹੁਤ ਔਖਾ ਹੁੰਦਾ ਕਿਉਂਕਿ ਬਰਫ਼ ਦੇ ਵਿੱਚ ਗੱਡੀ ਸਕਿੱਡ ਜ਼ਿਆਦਾ ਕਰਦੀ ਹੈ, ਫਿਸਲਦੀ ਜ਼ਿਆਦਾ ਹੈ, ਉਸ ਟਾਈਮ ਬਹੁਤ ਦਿੱਕਤ ਆਉਂਦੀ ਹੈ। ਹੁਣ ਤਾਂ ਕੋਈ ਦਿੱਕਤ ਨਹੀਂ। ਬਾਕੀ ਮੇਰੇ ਵੀਰੋ ਇੱਥੇ ਜਿਹਨੇ ਵੀ ਲੇਹ ਲਦਾਖ ਆਉਣਾ ਹੈ, ਬਸ ਜਿਹੜੀ ਮੈਂ ਨਾ ਉਹ ਮੈਂ ਛੱਡ ਦਿਉ ਬਸ, ਵੀ ਅਸੀਂ ਇੱਦਾਂ ਅਸੀਂ ਐਵੇਂ ਡਰਾਈਵਰ ਹੈ ਉਹ ਹੈ, ਇੱਥੇ ਉਹਨਾਂ ਦਾ ਕੋਈ ਰੋਲ ਨਹੀਂ ਹੈ ਬਾਈ। ਇੱਥੇ ਨਮਸਕਾਰ ਕਰਕੇ ਆਪਦੇ ਘਰਦਿਆਂ ਨੂੰ, ਪਰਿਵਾਰ ਨੂੰ, ਸਾਰਿਆਂ ਨੂੰ ਯਾਦ ਕਰਕੇ, ਔਰ ਹਾਂ ਜਦੋਂ ਤੁਹਾਡੀ ਦੋ ਗੱਡੀਆਂ ਇਕੱਲੇ ਚੱਲ ਰਹੇ ਹੋ ਤਾਂ ਵੱਖਰੀ ਗੱਲ ਹੈ, ਜੇ ਤੁਸੀਂ ਦੋ ਚੱਲ ਰਹੇ ਹੋ ਰਿੱਤਾ ਤਾਂ ਰਾਸਤਾ ਮਿਲ ਜਾਵੇ ਤੁਹਾਨੂੰ, ਤਾਂ ਕੋਸ਼ਿਸ਼ ਕਰੋ ਇਕੱਠੇ ਚੱਲਣ ਦੀ। ਔਰ ਜੇ ਬੰਦਾ ਪਿੱਛੇ ਰਹਿ ਜਾਂਦਾ ਸੀਗਾ ਤਾਂ ਮੈਂ ਬ੍ਰੇਕ ਮਾਰ ਲੈਂਦਾ ਸੀਗਾ, ਦੇਖ ਲੈਂਦਾ ਸੀ, ਹੁਣ ਵੀ ਮੈਂ ਸ਼ੀਸ਼ੇ ਦੇਖੀ ਜਾਂਦਾ ਉਹ ਬੰਦਾ ਆਈ ਜਾਂਦਾ ਪਿੱਛੇ, ਹੈ ਨਾ, ਅਤੇ ਕੋਈ ਦਿੱਕਤ ਨਹੀਂ ਬਾਈ, ਕਿਉਂਕਿ ਇੱਥੇ ਨੈਟਵਰਕ ਮੇਨ ਤਾਂ ਪ੍ਰੋਬਲਮ ਹੈ, ਇੱਥੇ ਨੈਟਵਰਕ ਹੈ ਨੀਗਾ, ਅਤੇ ਜਿਹਦੇ ਕਰਕੇ ਕੀ ਹੈ ਵੀ ਮਤਲਬ ਬੰਦਾ ਕਈ ਵਾਰ ਟਾਇਰ ਪੈਂਚਰ ਹੋ ਜਾਂਦਾ, ਕੋਈ ਨੁਕਸਾਨ ਹੋ ਜਾਂਦਾ, ਹੈ ਨਾ, ਗੱਡੀ ਇੱਧਰ ਉੱਧਰ ਥੋੜ੍ਹੀ ਬਹੁਤ ਪੱਥਰਾਂ ਪੁੱਥਰਾਂ 'ਚ ਵੀ ਲੱਗ ਜਾਂਦੀ ਹੈ, ਪੰਪਰ ਪੁੰਪਰ ਤਾਂ ਉਹ ਟੁੱਟੇ ਰਹਿੰਦੇ ਇਹਦੇ, ਅਤੇ ਬੰਦੇ ਨੂੰ ਫਿਰ ਵੀ ਸਾਵਧਾਨੀ ਨਾਲ ਚੱਲਣਾ ਚਾਹੀਦਾ, ਉਹਨੂੰ ਮਤਲਬ ਵੇਟ ਕਰ ਲਓ, ਉਹਦਾ ਨਹੀਂ ਆਇਆ ਤਾਂ ਗੱਡੀ ਰਿਵਰਸ ਲੈ ਜਾਓ, ਘੁੰਮਾ ਲਓ ਉੱਥੋਂ ਵੀ ਅਗਲੇ ਨੂੰ। ਮਤਲਬ ਇਸ ਟਾਈਮ ਮਤਲਬ ਤੁਹਾਡਾ ਪਰਿਵਾਰ ਜਿਹੜਾ ਤੁਹਾਡੇ ਨਾਲ ਚੱਲ ਰਿਹਾ ਉਹੀ ਹੁੰਦਾ ਤੁਹਾਡਾ ਪਰਿਵਾਰ, ਹੈ ਨਾ, ਇਹ ਚੀਜ਼ ਹੁੰਦੀ ਹੈ ਬਾਈ। ਉੱਪਰ ਐਂ ਪਹਾੜੀਆਂ ਇੱਥੇ, ਹੁਣ ਥੋੜ੍ਹਾ ਜਿਹਾ ਇਹਦਾ ਵੀ ਧਿਆਨ ਰੱਖਣਾ ਪੈਂਦਾ ਵੀ ਉੱਪਰ ਪਾਟੀ ਡਾਲਾ ਨਾ ਲੱਗੇ। ਵੈਸੇ ਤਾਂ ਕਟਿੰਗ ਸਹੀ ਕੀਤੀ ਹੁੰਦੀ ਪਰ ਫਿਰ ਵੀ ਕਈ ਵਾਰ ਕਟਿੰਗ ਇਹੋ ਜਿਹੀ ਹੋਈ ਹੁੰਦੀ ਹੈ ਵੀ ਜੇ ਸੀ ਪੀ ਵਿੱਚ ਮੇਰਾ ਦੋਸਤ ਹੈ ਜਿਹੜਾ ਮੇਰੇ ਨਾਲ ਸੁਰੇਸ਼ ਹੈ, ਉਹ ਇੱਕ ਖਾਨ ਓਪਰੇਟਰ ਹੈ ਜਿਹੜਾ ਦੁਪਹਿਰੇ ਤੁਹਾਨੂੰ ਦਿਖਾਇਆ ਸੀਗਾ, ਉਹ ਉਸ ਟਾਈਮ ਆਇਆ ਸੀ ਨਾ ਜਾਂਦਾ ਸੀ, ਉਹ ਇੱਥੇ ਆਉਂਦਾ ਪਿਆ ਸੀਗਾ, ਗੋਲ ਟੇਕਰੀ ਕਹਿੰਦੇ ਇਹਨੂੰ, ਗੋਲ ਟੇਕਰੀ ਸੋਰੀ ਜਲੇਬੀ ਮੋੜ ਕਹਿੰਦੇ, ਉੱਪਰ ਉੱਥੇ ਰੇਤੇ ਰੇਤਾ ਪੈਂਦਾ ਬਾਈ, ਪਿਓਰ ਰੇਤਾ ਪਿਆ, ਪਿਓਰ ਰੇਤਾ ਪਹਾੜ ਹੈ ਰੇਤੇ ਦਾ, ਜਿੰਨਾ ਮਰਜ਼ੀ ਡੂੰਘਾ ਫੜ ਲਓ ਸਾਫ਼ ਰੇਤਾ ਐਨ ਜਮਾਂ, ਕੁਦਰਤੀ ਹੈ। ਮੈਂ ਵੀਡੀਓ ਬਣਾ ਨਹੀਂ ਭੁੱਲ ਗਿਆ, ਫਿਰ ਕਦੀ ਚੱਕਰ ਲੱਗੂਗਾ ਮੈਂ ਜ਼ਰੂਰ ਦੱਸੂਗਾ ਤੁਹਾਨੂੰ, ਹੈ ਨਾ। ਅਤੇ ਜੇ ਸੀ ਬੀ ਹੈ ਜਿਹੜੇ ਉਹ ਖਾਨ ਓਪਰੇਟਰ ਹੈ ਜਿਹੜਾ ਥੋੜ੍ਹੀ ਘੱਟ ਚਲਾਉਣੀ ਆਉਂਦੀ ਹੈ, ਤਾਂ ਸੁਰੇਸ਼ ਮੇਰੇ ਵਾਂਗੂ ਹੀ ਐਕਸਪਰਟ ਹੈਗਾ, ਅਤੇ ਸੁਰੇਸ਼ ਚਲਾਈ ਜਾਂਦਾ, ਉਹ ਤਾਂ ਚਲਾ ਲੈਂਦਾ, ਉਹ ਰੁੜਾ ਲੈਂਦਾ, ਪਰ ਮਤਲਬ ਲੋਡਿੰਗ ਲੋਡਿੰਗ ਕਰਨ ਨੂੰ ਥੋੜ੍ਹੀ ਦਿੱਕਤ ਆਉਂਦੀ ਹੈ, ਕੋਚਰ ਓਪਰੇਟਰ ਹੈ ਮੇਨ ਤਾਂ। ਅਤੇ ਲਾਸਟ
ਲੁੱਟ ਨਹੀਂ ਸਕਦੀ ਤੂੰ ਉਹ ਸਾਡੀ ਗਲੀ ਚੋਂ ਨੰਗ ਮੁੰਡਿਆ ਸਾਡੀ ਗਲੀ ਚੋਂ ਨੰਗ ਮੁੰਡਿਆ फ्रेंड्स आज का जलेबी मोड़ चलो फिर नवी वीडियो मिलते हैं ना ओके बाय।